ਨਹੀਂ ਬੰਦਾ ਹੁੰਦਾ ਉਹ ਸਾਡੇ ਕਿਰਦਾਰਾਂ ਨਾਲ ਬੰਨਣਾ ਸਾਡੇ ਅਮਲਾਂ ਨਾਲ ਬੰਨਣਾ ਸਾਡੇ ਜੀਵਨ ਨਾਲ ਬੰਨਣਾ ਸਾਡੀਆਂ ਸੇਵਾਵਾਂ ਨਾਲ ਬੰਨਣਾ ਨਾਰਿਆਂ ਵਾਲਿਆਂ ਦਾ ਉਹਨਾਂ ਨੂੰ ਬਹੁਤ ਪਹਿਲਾਂ ਦਾ ਵੀ ਪਤਾ ਹੈਗਾ ਸੋ ਜਿਹੜੇ ਖਾਲਿਸਤਾਨ ਦੇ ਤੁਸੀਂ ਹਾਮੀ ਬਣ ਕੇ ਆਏ ਆ ਉਹ ਖਾਲਿਸਤਾਨ ਦਾ ਨਮੂਨਾ ਮੈਂ ਬੇਨਤੀ ਕਰੂੰਗਾ ਕਿ ਸੰਤ ਰਾਮ ਹੈ ਏਕੋ ਇਹ ਰਾਮ ਕਬੀਰ ਵਾਲਾ ਰਾਮ ਹੈ ਤੇ ਏਜੰਸੀਆਂ ਦੇ ਬੰਦੇ ਜਿਹੜੇ ਇੱਥੇ ਆਏ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਜਿਹੜੇ ਗੁਰਸਿੱਖ ਨੇ ਉਹਨਾਂ ਵਿੱਚ ਅੰਮ੍ਰਿਤਧਾਰੀ ਵੀ ਹੋਣਗੇ ਕਿਉਂਕਿ ਜਿਹੜੇ ਦੂਜੇ ਆ ਉਹਨਾਂ ਨੇ ਆਪੋ ਆਪਣੇ ਹਿਸਾਬ ਨਾਲ ਪਚਾਉਣੀ ਆ ਰਾਜੇ ਕੰਨਾਂ ਦੇ ਕੱਚੇ ਹੁੰਦੇ ਆ ਪਤਾ ਨਹੀਂ ਖਸ਼ਾਮਦ ਦੇ ਵਿੱਚੋਂ ਜਾਂ ਮਸਕੇਬਾਜ਼ੀ ਚੋਂ ਵਿਰੋਧ ਚੋਂ ਮੈਂ ਬੇਨਤੀ ਕਰੂੰਗਾ ਜਿਹੜੇ ਗੁਰਸਿੱਖ ਨੇ ਜਿਹੜੇ ਸਮਝਦੇ ਨੇ ਕਿਹੜਾ ਖਾਲਿਸਤਾਨ ਹੈ ਤੇ ਇੱਥੇ ਕਿਹੜਾ ਖਾਲਿਸਤਾਨ ਇਕੱਠਾ ਹੋਇਆ ਉਹ ਇਹ ਰਿਪੋਰਟ ਆਪਣੀ ਇਮਾਨ ਦੇ ਨਾਲ ਆਪਣੇ ਪੇਸ਼ੇ ਨੂੰ ਸਮਰਪਿਤ ਹੁੰਦੇ ਹੋਏ ਉਹ ਭੇਜਣ ਇਹ ਉਹ ਖਾਲਿਸਤਾਨ ਇੱਥੇ ਬੈਠਾ ਜਿਨ੍ਹਾਂ ਮਾਵਾਂ ਦੇ ਪੁੱਤਾਂ ਦੀਆਂ ਜਦੋਂ ਲਹੂ ਵਿੰਨੀਆਂ ਲਾਸ਼ਾਂ ਦੀਆਂ ਖਬਰਾਂ ਉਹਨਾਂ ਕੋਲ ਆਈਆਂ ਇੱਥੇ ਉਹ ਮਾਤਾਵਾਂ ਮੌਜੂਦ ਨੇ ਇਹ ਸਿਰਾਂ ਦਾ ਇਕੱਠ ਨਹੀਂ ਇਹ ਸਰੀਰਾਂ ਦਾ ਇਕੱਠ ਨਹੀਂ ਇਹ ਰੂਹਾਂ ਦਾ ਇਕੱਠ ਹੈ ਇਹ ਉਹਨਾਂ ਰੂਹਾਂ ਦਾ ਇਕੱਠ ਹੈ ਜਿਨ੍ਹਾਂ ਮਾਤਾਵਾਂ ਨੂੰ ਜਦੋਂ ਦੱਸਿਆ ਗਿਆ ਕਿ ਤੇਰੇ ਪੁੱਤ ਨੂੰ ਸੱਪ ਲੜ ਗਿਆ ਉਹ ਕਹਿੰਦੀ ਨਹੀਂ ਤੁਸੀਂ ਲੜਿਆ ਅੱਖ 'ਚੋਂ ਹੰਝੂ ਨਹੀਂ ਕਹਿ ਰਿਹਾ ਉਹਨਾਂ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਜਦੋਂ ਖਾਲਸਾ ਪੰਥ ਰੜੇ ਮੈਦਾਨ 'ਚ ਲੜ ਰਿਹਾ ਸੀ ਜੇ ਉਸ ਵੇਲੇ ਖਾਲਸਾ ਪੰਥ ਨੂੰ ਆਪਣੀ ਸੋਝੀ ਨਹੀਂ ਸੀ ਉਹ ਜੇ ਭੁੱਖੇ ਪੇਟ ਵੀ ਸੌ ਗਈਆਂ ਉਹਨਾਂ ਦਾ ਸ਼ਿਕਵਾ ਨਹੀਂ ਆਇਆ ਇਹ ਉਹਨਾਂ ਰੂਹਾਂ ਦੇ ਵਿੱਚੋਂ ਆਵਾਜ਼ ਨਿਕਲਣੀ ਹੈ ਜਿਹੜੀ ਇੱਕ ਵੀ ਰੂਹ ਦੀ ਅਰਦਾਸ ਦਸਵੇਂ ਪਾਤਸ਼ਾਹ ਰੱਦ ਨਹੀਂ ਕਰਨਗੇ ਤੇ ਦਸਵੇਂ ਪਾਤਸ਼ਾਹ ਉਹ ਨੇ ਜਿਨ੍ਹਾਂ ਨੇ ਤੁਹਾਨੂੰ ਤਖ਼ਤ ਦਵਾਇਆ ਨੌਵੇਂ ਸਰੂਪ ਦੇ ਵਿੱਚ ਆਪਣੀ ਕੁਰਬਾਨੀ ਦੇ ਕੇ ਇਹ ਉਹਨਾਂ ਦੇ ਉਹ ਵਾਰਸ ਬੈਠੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਕਹਿਣ ਵਾਲਾ ਸਾਡਾ ਦਸ਼ਮੇਸ਼ ਪਿਤਾ ਇਹਨਾਂ ਰੂਹਾਂ ਦੇ ਵਿੱਚ ਵਾਸ ਕਰਦਾ ਇੱਕ ਵੀਰ ਇਹਨਾਂ 'ਚੋਂ ਰੂਹ ਤੁਸੀਂ ਸਰੀਰਾਂ ਦੀ ਗਿਣਤੀ ਕਰ ਲਈ ਤੁਹਾਡੇ ਤੋਂ 200 ਕਾਬੂ ਨਹੀਂ ਆਇਆ ਤਿੰਨ ਦੇਸ਼ਾਂ ਦੇ ਕੋਲੇ ਭੀਖ ਮੰਗਦੇ ਫਿਰੇ ਤੇ ਆਹ ਜਿਹੜੇ ਇੱਥੇ ਬੈਠੇ ਨੇ ਇਹ ਉਹਦੇ ਵਰਗਾ ਇੱਕ ਇੱਕ ਹੈ ਤੇ ਗਾਂ 20-20 100-100 ਪੈਦਾ ਕਰਨ ਦੀ ਸਮਰੱਥਾ ਰੱਖਦੇ ਆ ਸੋ ਇਸ ਕਰਕੇ ਉਹ ਕਿਹੜਾ ਖਾਲਿਸਤਾਨ ਹੈ ਜਿਹੜਾ ਨਿਰਵੈਰ ਹੈ ਜਿਹੜਾ ਭਾਈ ਘਨੱਈਏ ਦੇ ਰੂਪ 'ਚ ਡਿੱਗੇ ਹੋਏ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦਾ ਹੈ ਜਿਹੜਾ ਅੱਧਾ ਭੁੱਖਾ ਰਹਿ ਕੇ ਭੁੱਖੇ ਨੂੰ ਰੋਟੀ ਖਵਾਉਂਦਾ ਹੈ ਜਿਹੜਾ ਉਹਦੇ ਮਾਨ ਸਨਮਾਨ ਦੀ ਰਾਖੀ ਦੀ ਖਾਤਰ ਪ੍ਰਸ਼ਾਦਾ ਅੱਧ ਵਿੱਚ ਛੱਡ ਕੇ ਕੁਰਬਾਨ ਹੋ ਕੇ ਉਹਦੀ ਇੱਜ਼ਤ ਵਾਪਸ ਕਰਕੇ ਲਿਆ ਕੇ ਦਿੰਦਾ ਉਹ ਇਸ ਧਰਤੀ ਦੇ ਲੋਕਾਂ ਨੂੰ ਉਹ ਖਾਲਿਸਤਾਨ ਚਾਹੀਦਾ ਉਹ ਖਾਲਿਸਤਾਨ ਤੁਸੀਂ ਰੋਕ ਕੇ ਭਾਰਤ ਦੀ ਧਰਤੀ ਦੇ ਲੋਕਾਂ 'ਤੇ ਅਤਿਆਚਾਰ ਕਰਕੇ ਇਤਿਹਾਸ ਦੇ ਵਿੱਚ ਆਪਣੀਆਂ ਨਸਲਾਂ ਨੂੰ ਕਲੰਕਿਤ ਕਰਨ ਦੇ ਭਾਗੀ ਬਣ ਰਹੇ ਹੋ ਆਹ ਜਿਹੜਾ ਖਾਲਸਾ ਬੈਠਾ ਇਹ ਇਕੱਲਾ ਇਕੱਲਾ ਉਸ ਖਾਲਿਸਤਾਨ ਦਾ ਰਾਸ਼ਟਰਪਤੀ ਰਾਜਾ ਨਵਾਬ ਬਣਨ ਦਾ ਅਧਿਕਾਰ ਮਾਈਆਂ ਬੀਬੀਆਂ ਬੱਚਾ ਰੱਖਦਾ ਜਿਹੜਾ ਇੱਕ ਭੁੱਖੇ ਢਿੱਡ ਨੂੰ ਭਰਨ ਲਈ ਆਪਣੇ ਸਿਰ 'ਤੇ ਪੰਡ ਚੱਕ ਕੇ ਗਰੀਬ ਦੇ ਘਰੇ ਛੱਡ ਕੇ ਆਉਂਦਾ ਸੋ ਜੇ ਉਹੋ ਜਿਹਾ ਕਿਰਦਾਰ ਬਣਨਾ ਦੁਸ਼ਮਣ ਦੇ ਨਾਲ ਵੀ ਤੁਹਾਡੇ ਮਨ 'ਚ ਨਿਰਵੈਰ ਹੋ ਕੇ ਵਿਚਰਨਾ ਤੇ ਜਿਹੜੇ ਹਿਰਦੇ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਲੋਵਸ ਪਾਨੀ ਤੁਹਾਨੂੰ ਪਾਣੀ ਰਿੜਕ ਕੇ ਮੌਕੇ ਦੇ ਹਾਲਾਤਾਂ ਮੁਤਾਬਕ ਬਾਣੇ ਬਦਲ ਲਏ ਚੁੰਝਾਂ ਵਾਲੀਆਂ ਤੋਂ ਗੋਲ ਕਰ ਲਈਆਂ ਐਂਟਰਟੇਨਮੈਂਟ ਕਰ ਰਹੇ ਆ ਜਿਹੜਾ ਤੁਹਾਡੇ ਸਿਰਫ ਮਨ ਪਰਚਾਵਾ ਕਰ ਰਹੇ ਆ ਪਰ ਇਹ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਉਹਨਾਂ ਨੂੰ ਪਛਾਣਨਾ ਤੁਸੀਂ ਹੈ ਵੈਰ ਵਿਰੋਧ ਨਫ਼ਰਤ ਕਿਸੇ ਨਾਲ ਨਹੀਂ ਰੱਖਣੀ ਅਰਦਾਸ ਕਰਨੀ ਹੈ ਕਿ ਉਹਨਾਂ ਨੂੰ ਵੀ ਗੁਰੂ ਸਮਤ ਦੇਵੇ ਸੋ ਹੁਣ ਮੈਂ ਛੱਡਾਂਗਾ ਜਕਾਰਾ ਇੱਕੋ ਜਕਾਰੇ ਦੇ ਰੂਪ 'ਚ ਇੱਕੋ ਆਵਾਜ਼ ਉਸ ਤੋਂ ਬਾਅਦ ਅਗਲੇ ਬੁਲਾਰੇ ਅਤੇ ਅੰਮ੍ਰਿਤਪਾਲ ਬਾਰੇ ਇੱਕੋ ਹੀ ਜਿੰਨਾ ਕੁ ਮੈਂ ਇਹਨੂੰ ਜਾਣਿਆ ਜਿੰਨਾ ਕੁ ਸਾਡੇ ਰੇਤਿਆਂ ਦੀ ਉਹ ਸੰਗਤ ਵੱਲੋਂ ਮੈਂ ਤੁਹਾਨੂੰ ਭਰੋਸਾ ਦਵਾ ਸਕਦਾ ਤੁਸੀਂ ਮੇਰੇ ਉਸ ਭਰੋਸੇ ਦੀ ਅਰਦਾਸ ਦੇ ਰੂਪ 'ਚ ਸਤਿਗੁਰੂ ਅੱਗੇ ਕਰਕੇ ਵਚਨਬੱਧਤਾ ਪਰਪੱਕਤਾ ਪੂਰੀ ਕਰਨੀ ਹੈ ਇਹ ਅੰਮ੍ਰਿਤਪਾਲ ਨਾ ਵਿਕੇ ਨਾ ਝੁਕੇ ਨਾ ਡਰੇ ਮੈਂ ਦੁਹਰਾ ਦਿੰਦਾ ਵਾਹਿਗੁਰੂ ਨਾ ਇਹ ਵਿਕੇ ਅੰਮ੍ਰਿਤਪਾਲ ਸਿੰਘ ਖਾਲਸਾ ਨਾ ਵਿਕੇ ਨਾ ਝੁਕੇ ਨਾ ਡਰੇ ਖਾਲਿਸਤਾਨ ਖਾਲਿਸਤਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ।